ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਉਹਨਾਂ ਮਹਾਨ ਰੂਹਾਂ ਦੇ ਨਾਲ ਖੜਿਆ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨੀ ਲਈ, ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ, ਸੱਚ ਲਈ ਆਪਣੀ ਤਨ ਮਨ ਦੇ ਨਾਲ ਲੜ ਰਹੇ ਨੇ। ਨਵਦੀਪ ਸਿੰਘ ਜਲਵੇੜਾ, ਜਿਨ੍ਹਾਂ ਨੂੰ 2 ਮਹੀਨੇ ਤੋਂ ਪੁਲਿਸ ਨੇ ਅੰਦਰ ਡੱਕ ਕੇ ਰੱਖਿਆ ਹੋਇਆ, ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ, ਔਰ ਮਹਾਨ ਸਾਡੇ ਯੋਧੇ ਇੱਧਰ ਪੰਧੇਰ ਸਾਹਿਬ ਮੌੜੀ ਸਾਹਿਬ ਅਮਰਜੀਤ ਸਿੰਘ ਜੀ ਮੌੜੀ, ਔਰ ਸਾਰੀਆਂ ਮੇਰੇ ਇਲਾਕੇ ਦੀਆਂ ਰੂਹਾਂ ਅਤੇ ਹਰਿਆਣਾ ਪੰਜਾਬ ਦੇ ਸਾਰੇ ਕਿਸਾਨ ਆਗੂ, BKU ਭਗਤ ਸਿੰਘ ਜਿਹੜੀ ਜਥੇਬੰਦੀ ਹੈ ਵਾਲੇ ਦੀ, ਸਾਰੇ ਇੱਥੇ ਖੜੇ ਹੈ। ਅਤੇ 18 ਅਤੇ 19 ਤਰੀਕ ਨੂੰ 17 ਅਤੇ 18 ਤਰੀਕ ਨੂੰ SP ਆਫਿਸ ਅੰਬਾਲਾ ਦੇ ਵਿੱਚ ਘਿਰਾਵ ਕੀਤਾ ਜਾਣਾ ਹੈ, ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖੇ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਹ ਹੱਕ ਦੇ ਲਈ ਸੱਚ ਲਈ ਲੜ ਰਹੇ ਹੈ। ਸਾਰੇ ਜਣੇ ਹੁੰਮ ਹੁਮਾ ਕੇ ਪਹੁੰਚੋ ਔਰ ਨਵਦੀਪ ਨੂੰ ਸਪੋਰਟ ਕਰੋ। ਪੰਧੇਰ ਸਾਹਿਬ ਕੀ ਕਹਿਣਾ ਚਾਹੁੰਦੇ? ਅਸੀਂ ਅੱਜ ਫਿਰ ਸਾਰੀ ਸੰਗਤ ਨੂੰ, ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ, ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ, ਉੱਤਰ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਜੋ ਇਹ SP ਦਫ਼ਤਰ ਅੰਬਾਲਾ ਵੱਡਾ ਮੋਰਚਾ ਲੱਗ ਰਿਹਾ 17 ਅਤੇ 18 ਦਾ, ਮਾਤਾਵਾਂ ਭੈਣਾਂ ਨੂੰ, ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਅਤੇ 18 ਨੂੰ, 17 ਨੂੰ ਪਹਿਲਾਂ ਅੰਬਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ, ਉਦੋਂ ਬਾਅਦ SP ਦਫ਼ਤਰ ਨੂੰ ਮਾਰਚ ਕਰਕੇ ਉੱਥੇ ਪਹੁੰਚਿਆ ਜਾਊਗਾ। ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ, ਔਰ ਸਰਕਾਰ ਜਿਹੜਾ ਜਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ, ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦੇਵਾਂਗੇ। ਜੈ ਸਿੰਘ ਜੀ ਜਲਵੇੜਾ, ਨਵਦੀਪ ਦੇ ਫਾਦਰ ਸਾਹਿਬ, ਤੁਸੀਂ ਕਹਿਣਾ ਚਾਹੋਗੇ ਕੁਛ? ਬੇਨਤੀ ਹੈ ਸਾਰਿਆਂ ਨੂੰ, ਉਮੀਦ ਆ ਵੀ 17 ਤਰੀਕ ਨੂੰ ਆਪ ਇਹ ਲੜਾਈ ਲੜਨ ਵਾਸਤੇ, ਲੜਾਈ ਆਪਾਂ ਨੇ ਉਨਕੀ ਵੀ ਲੜਨੀ ਆ ਜੋ ਆਪਣੀ ਜਾਨ ਦੇ ਗਏ ਨਵਦੀਪ ਤੋਂ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਉਹਨੇ ਆ ਜਾਣਾ ਆ, ਉਹਨਾਂ ਨੇ ਨਹੀਂ ਆਉਣਾ ਜੋ ਉਨਸੇ ਸ਼ਹੀਦੀਆਂ ਦੇ ਗਏ, ਉਨਕੀ ਵੀ ਲੜਾਈ ਆਪਾਂ ਨੇ ਜੋ ਅਧੂਰੀ ਛੋੜ ਕੇ ਗਏ ਹਾਂ ਉਹ ਵੀ ਲੜਨੀ ਆ, ਔਰ 17-18 ਤਰੀਕ ਨੂੰ ਜ਼ਿਆਦਾ ਜ਼ਿਆਦਾ ਸੰਖਿਆਵਾਂ ਅੰਬਾਲਾ ਅਨਾਜ ਮੰਡੀ ਪਹੁੰਚੋ। ਧੰਨਵਾਦ। ਕਿਆ ਬਾਤ ਹੈ, ਤੁਸੀਂ ਦੇਖਿਆ ਹੋਣਾ ਇਸ ਪਰਿਵਾਰ ਦੇ ਅੱਗੇ ਸਿਰ ਝੁਕਦਾ, ਸਾਨੂੰ ਭਗਤ ਸਿੰਘ ਜੀ ਦੇ ਪਰਿਵਾਰ ਜੀ ਦੀ ਯਾਦ ਆਉਂਦੀ ਹੈ, ਹਾਲਾਂਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਇੰਨੀ ਫਿਕਰ ਨਹੀਂ, ਜਿਹਨੇ ਸ਼ਹੀਦ ਕਿਸਾਨ ਹੋਏ ਆ ਉਹਨਾਂ ਬਾਰੇ ਵੀ ਸੋਚ ਰਹੇ ਨੇ। ਔਰ ਅਮਰਜੀਤ ਸਿੰਘ ਜੀ ਮੌੜੀ, BKU ਸ਼ਹੀਦ ਭਗਤ ਸਿੰਘ ਅੰਬਾਲਾ ਤੋਂ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ, ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇਕੱਲੇ ਕਿਸਾਨ ਅਤੇ ਮਜ਼ਦੂਰ ਦਾ ਨਹੀਂ, ਇਹ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਾਰਪੋਰੇਟ ਘਰਾਣੇ ਅਤੇ ਸਰਕਾਰ ਮਿਲ ਕੇ ਕਰਦੀ ਹੈ, ਉਹਨਾਂ ਉਸ ਲੁੱਟ ਨੂੰ ਰੋਕਣ ਵਾਸਤੇ ਆਪਣੀ ਲੜਾਈ ਹੈ MSP ਗਰੰਟੀ ਦਾ ਕਾਨੂੰਨ ਬਣਵਾਉਣ ਦੀ, ਅਤੇ ਉਸ ਦੇ ਵਿੱਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ, ਜਿਹੜੀ ਲੜਾਈ ਨੂੰ ਲੈ ਕੇ ਸਾਡੇ ਸਾਥੀ ਲੜ ਰਹੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ, ਤਸ਼ੱਦਦ ਕੀਤਾ, ਬੇਬੁਨਿਆਦ ਧਾਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਕਰਿਆ ਹੋਇਆ ਹੈ, ਅਤੇ ਉਹਨਾਂ ਨੂੰ ਛਡਵਾਉਣਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਲੜਾਈ ਲੜਦੇ ਨੇ ਉਹਨਾਂ ਨੂੰ ਹੌਸਲਾ ਮਿਲੇ, ਬਲ ਮਿਲੇ ਵੀ ਸਾਡੇ ਪਿੱਛੇ ਦੁਨੀਆ ਖੜੀ ਹੈ, ਜਿਨ੍ਹਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਉਹ ਸਾਡੇ ਪਿੱਛੇ ਹਨ, ਉਹਨਾਂ ਦਾ ਹੌਸਲਾ ਵਧੇ ਅਤੇ ਆਪਾਂ ਉਹਨਾਂ ਨੂੰ ਰਿਹਾਅ ਕਰਾਉਣਾ ਆ, ਅਤੇ ਜਿਹੜਾ ਰਹਿੰਦੇ ਆਪਣੇ ਕਹਿਣ ਜਿਵੇਂ ਜੈ ਸਿੰਘ ਕਹਿ ਰਹੇ ਸੀ ਵੀ ਆਪਣੇ ਸ਼ਹੀਦਾਂ ਨੇ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਹੈ, ਸੋ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਸਰਕਾਰ ਅਤੇ ਕਾਰਪੋਰੇਟ ਘਰਾਣੇ ਕਰਦੇ ਨੇ ਉਸ ਨੂੰ ਰੋਕਣ ਵਾਸਤੇ ਆਪਾਂ ਨੇ ਇਕਜੁੱਟ ਹੋ ਕੇ ਲੜਾਈ ਲੜਨੀ ਹੈ। ਮੈਂ ਆਸ ਕਰਾਂਗਾ 17-18 ਤਰੀਕ ਨੂੰ ਅੰਬਾਲਾ SP ਦਫ਼ਤਰ ਦਾ ਘਰਾਵ ਹੈ, ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਬੜ ਚੜ੍ਹ ਕੇ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਅਨਾਜ ਮੰਡੀ ਵਿੱਚ ਪਹੁੰਚੋ, ਉੱਥੋਂ ਤੋਂ ਆਪਾਂ 11 ਵਜੇ ਫਿਰ SP ਦਫ਼ਤਰ ਨੂੰ ਕੂਚ ਕਰਨਾ ਹੈ, ਸੋ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਵੱਧ ਚੜ੍ਹ ਕੇ ਪਹੁੰਚੋ, ਆਸ ਕਰਾਂਗੇ ਤੁਸੀਂ ਉੱਥੇ ਪਹੁੰਚੋਗੇ ਅਤੇ ਇਹ ਆਪਾਂ ਲੜਾਈ ਜਿੱਤਾਂਗੇ। ਬਹੁਤ ਬਹੁਤ ਧੰਨਵਾਦ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਹਰਿਆਣਾ ਪੰਜਾਬ ਭਾਈਚਾਰਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਥੈਂਕ ਯੂ ਸੋ ਮਚ।